ਅਰੁਖ ਕਰਦੇ ਅਜ਼ੀਆ ਮੁਖੜ ਲਾਈਨ ਪੰਜਾਬ ਨੂੰ ਮਿਲਿਆ ਨਵਾਂ ਏਜੀ ਗੁਰਮਿੰਦਰ ਸਿੰਘ ਦੇ ਨਾਂ ਤੇ ਲੱਗੀ ਮੋਹਰ 21 ਅਕਤੂਬਰ ਤੋਂ ਸ਼ੁਰੂ ਹੋਵੇਗੀ ਨਵੀਂ ਵੋਟਰ ਸੂਚੀਆ ਬਣਾਉਣ ਦੀ ਪ੍ਰਕਿਰਿਆ 20,000 ਰੁਪਏ ਦੀ ਰਿਸ਼ਵਤ ਲੈਂਦਾ ਸਬ ਇੰਸਪੈਕਟਰ ਗ੍ਰਿਫਤਾਰ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਅਤੇ ਇੰਗਲੈਂਡ ਦੀਆਂ ਟੀਮਾਂ ਆਮੋ ਸਾਹਮਣੇ ਹੋਣਗੀਆਂ ਸਿੱਕਮ ਵਿੱਚ ਅਚਾਨਕ ਆਏ ਹੜ੍ਹ ਕਾਰਨ 14 ਲੋਕਾਂ ਦੀ ਮੌਤ 22 ਫੌਜੀਆਂ ਸਮੇਤ 100 ਤੋਂ ਵੱਧ ਲਾਪਤਾ ਇਟਾਲੀਅਨ ਨਾਗਰਿਕ ਤੇ ਪੁਲਿਸ ਦਾ ਤਸ਼ੱਦਦ ਲੱਗੇ ਵੱਡੇ ਆਰੋਪ ਸਤਿ ਸ਼੍ਰੀ ਅਕਾਲ ਮੈਂ ਹਲਵਿਸ਼ਾ ਕਲਿਆਨ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲ ਗਿਆ ਹੈ ਦਰਅਸਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਸੀ ਇਸ ਮੀਟਿੰਗ ਵਿੱਚ ਨਵੇਂ ਐਡਵੋਕੇਟ ਜਨਰਲ ਨੂੰ ਕੈਬਨਿਟ ਵੱਲੋਂ ਪ੍ਰਵਾਨਗੀ ਦਿੱਤੀ ਗਈ ਨਵੇਂ ਐਡਵੋਕੇਟ ਜਨਰਲ ਵਜੋਂ ਗੁਰਮਿੰਦਰ ਸਿੰਘ ਦੇ ਨਾਂ ਨੂੰ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਹੈ ਇਸ ਦੇ ਨਾਲ ਹੀ SYL ਦੇ ਮਸਲੇ ਨੂੰ ਲੈ ਕੇ ਵੀ ਮੀਟਿੰਗ ਵਿੱਚ ਚਰਚਾ ਕੀਤੀ ਗਈ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਇੱਕ ਬੂੰਦ ਵੀ ਵਾਧੂ ਪਾਣੀ ਕਿਸੇ ਹੋਰ ਸੂਬੇ ਵਿੱਚ ਨਹੀਂ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਕਈ ਹੋਰ ਲੋਕ ਪੱਖੀ ਫੈਸਲਿਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਨੂੰ ਹਰੀ ਝੰਡੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਸੋਧ ਅਤੇ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ 21 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸਾਰਾ ਵੇਰਵਾ ਦਿੱਤਾ ਗਿਆ ਹੈ ਇੱਥੇ ਦੱਸ ਦਈਏ ਕਿ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਜੋ ਹੁਣ ਐਕਸ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾਰੀਆਂ ਚੋਣਾਂ ਦੇ ਸੰਬੰਧ ਵਿੱਚ ਅਹਿਮ ਜਾਣਕਾਰੀ 21 ਅਕਤੂਬਰ 2023 ਤੋਂ ਨਵੀਆਂ ਵੋਟਾਂ ਬਣਾਉਣ ਅਤੇ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਬਾਕੀ ਵੇਰਵਾ ਜਲਦੀ ਦੱਸ ਦਿੱਤਾ ਜਾਵੇਗਾ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਥਾਣਾ ਮਲੋਦ ਜ਼ਿਲ੍ਹਾ ਖੰਨਾ ਵਿਖੇ ਤੈਨਾਤ ਪੁਲਿਸ ਸਬ ਇੰਸਪੈਕਟਰ ਜਗਜੀਤ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਣ ਤੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ SSP ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਹਰਦੀਪ ਸਿੰਘ ਵਾਸੀ ਪਿੰਡ ਸ਼ੇਖਾ ਤਹਿਸੀਲ ਪਾਇਲ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਅਤੇ ਇੰਗਲੈਂਡ ਦੀਆਂ ਟੀਮਾਂ ਆਮੋ ਸਾਹਮਣੇ ਹੋਣਗੀਆਂ ਦੋਵੇਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਜੋਸ ਬਲਟਰ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੀਮ ਡਿਫੈਂਡਿੰਗ ਚੈਂਪੀਅਨ ਦੇ ਰੂਪ ਵਿੱਚ ਵਿਸ਼ਵ ਕੱਪ ਵਿੱਚ ਪ੍ਰਵੇਸ਼ ਕਰੇਗੀ ਪਿਛਲੇ ਵਿਸ਼ਵ ਕੱਪ ਦੀ ਫਾਈਨਲ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ ਉੱਤਰੀ ਸਿੱਕਮ ਵਿੱਚ ਲੋਹਨਾਕ ਝੀਲ ਉੱਤੇ ਬੁੱਧਵਾਰ ਨੂੰ ਬੱਦਲ ਫਟਣ ਕਾਰਨ ਤਿਸਤਾ ਨਦੀ ਦੇ ਬੇਸਿਨ ਵਿੱਚ ਅਚਾਨਕ ਹੜ੍ਹ ਆ ਗਿਆ ਜਿਸ ਵਿੱਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 22 ਫੌਜੀ ਜਵਾਨ ਸਮੇਤ 100 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ ਉਹਨਾਂ ਦੀ ਤਲਾਸ਼ ਜਾਰੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਸਿੱਕਮ ਵਿੱਚ ਸਵੇਰੇ ਕਰੀਬ 1:30 ਵਜੇ ਸ਼ੁਰੂ ਹੋਇਆ ਹੜ੍ਹ ਚੁਗਥਾਂਗ ਡੈਮ ਤੋਂ ਪਾਣੀ ਛੱਡਣ ਕਾਰਨ ਹਾਲਤ ਹੋਰ ਵਿਗੜ ਗਈ ਰਾਜ ਦੀ ਰਾਜਧਾਨੀ ਗੰਗਟੋਕ ਤੋਂ 30 ਕਿਲੋਮੀਟਰ ਦੂਰ ਸਿੰਗਟਾਮ ਵਿੱਚ ਇੰਦਰੇਨੀ ਪੁਲ ਵਜੋਂ ਜਾਣਿਆ ਜਾਂਦਾ ਇੱਕ ਸਟੀਲ ਦਾ ਪੁਲ ਬੁੱਧਵਾਰ ਤੜਕੇ ਤਿਸਤਾ ਨਦੀ ਦੇ ਵਹਿਣ ਕਾਰਨ ਪੂਰੀ ਤਰ੍ਹਾਂ ਨਾਲ ਵਹਿ ਗਿਆ ਮੁਕਤਸਰ CIA ਦਾ ਕਾਂਡ ਅਜੇ ਸੁਰਖੀਆਂ ਵਿੱਚ ਹੀ ਸੀ ਕਿ ਹੁਣ ਹੁਸ਼ਿਆਰਪੁਰ ਪੁਲਿਸ ਨੇ ਇੱਕ ਨਵਾਂ ਚੰਦ ਚਾੜ ਦਿੱਤਾ ਹੈ ਜਿਸ ਵਿੱਚ ਇੱਕ ਇਟਾਲੀਅਨ ਸਿਟੀਜ਼ਨ ਵਿਅਕਤੀ ਨੂੰ ਪੁਲਿਸ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਟਰੈਕਟਰ ਤੇਜ਼ ਚਲਾ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਤੇ ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ਵਿੱਚ ਇਲਜ਼ਾਮ ਲਾਏ ਹਨ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਬਿਆਨ ਦਿੱਤਾ ਕਿ ਵਿਰੋਧੀ ਪਾਰਟੀਆਂ ਦੇ ਦਬਾਅ ਹੇਠ ਕਿਸਾਨਾਂ ਦੀ ਜ਼ਮੀਨ ਐਕਵਾਇਰ ਨਹੀਂ ਕਰ ਪਾ ਰਹੀ ਜਿਹੜੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਸੀ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਪੰਚਾਇਤੀ ਜ਼ਮੀਨ ਨੂੰ ਕਬਜ਼ਿਆਂ ਤੋਂ ਛੁਡਵਾਇਆ ਜਾ ਰਿਹਾ ਹੈ ਗੁਰਦਾਸਪੁਰ ਦੇ ਪਿੰਡ ਸਰਾਵਾਂ ਵਿੱਚ ਵੀ ਕੁਝ ਲੋਕਾਂ ਨੇ 22 ਏਕੜ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ
जिस विचो आज मानयोग अदालत ने 12 एकड़ जमीन जब्त कर ली है। जमीन छुड़वाउन ले जिला प्रशासन नु दित्ते हुकम पिंड सरावा दे पंचायती जमीन नु छुड़वाउन ले जिला प्रशासन दे पुलिस प्रशासन मौके ते पहुंचिया ते कब्जे धारिया ते आगुआ ने प्रशासन खिलाफ नारेबाजी कर दिया, जमीन देन तो इनकार कर दिता। किसान आगुआ ने कहा कि जेकर ओ कब्जा छुड़वाना चाहते हैं तो सिर्फ 22 एकड़ जमीन ही छुड़वाई जाए, ओ 12 एकड़ जमीन का कब्जा नहीं देंगे। पुलिस प्रशासन अते किसान आगुआ विचाले हुई काफी तकरार तो बाद किसान आगुआ ने प्रशासन जमीन का कब्जा ले बिना ही वापस परतना पिया। जदों लोगों ने तहसीलदार की कार रोक के जमीन छुड़वाउन का कारण पूछा तो कार विच बैठे तहसीलदार बिना कुछ कहे वापस परत गए। जीबीसी अपडेट के लिए गुरदासपुर तो अवतार सिंह की रिपोर्ट। सर, पंचायत की 12 एकड़ जमीन लोगों ने ना अपने नाम गुस्से करवा ली सी पिछले साल काफ़ी पुराने, वो फिर पंचायत वालों मता पा के दिता गया वा, वो सारी कार्रवाई करके सारी जमीन 12 एकड़ के करीब आ जी पंचायत के हक च हुई आ। अज अं इतने दखल लैन आए ही तो पिंड के लोगों ने जो बंदे आम इकट्ठे 40-50 हो गए, उन्होंने दखल की कार्रवाई जी रोक दी है। तो हूँ उस बाद अगली कार्रवाई हम वेखते हैं कि हूँ। मैडम आए से नाल तहसीलदार नाल SHO आया ही, बट हूँ पिंड अजे कोई कार्रवाई नहीं होन दिती। अगला फिर हूँ जो कानून के दायरे में रह के जोड़ा काम होंगे वा वो कर लवेंगे, तो फिर तू अपडेट देती जाऊगी। नहीं दखल नहीं होन दिता जी, बंदे ज़्यादा सीगे तो देखो अगे कार्रवाई करा जो बिच किसान जने बंद जथेबंदियां भी है ने, तो आम पब्लिक पिंड वाले भी लोग है फिर जिन्हें थल्यो जमीन निकलनी ही वह आदमी भी है। बाकी जी हूँ अपने कानूनी कार्रवाई जो जैनुअन बनती वह करा जी। वो जमीन का भी अजे ना अपने आर्डर होए ने हाई कोर्ट वालों, लेटेस्ट अजे टाइम है जिदन ही वो कार्रवाई प्रक्रिया आरंभ दी गई है, जिदन वह सारा कैदे कानून के मुताबिक सारा कुछ सही है भी दखल लिया जाएगा जी। जी जी बिलहाल अजे 12 एकड़ समथिंग जमीन है जिदा हरे नाँ से पंचायत हो चुकी थी, तो दखल सारा कुछ कार्रवाई हो गई सी, वो अज अं दखल लेना सी। वही जो 10 एकड़ जमीन दसते हैं वो भी हटे अपने वो घोख कर रहे हैं तो भी कि थले की जमीन है तो वो भी अगर कार्रवाई अं करते हैं। मेरा नाम हरपाल सिंह है जी। साढ़े ना पंचायत की जमीन आ, ये साढ़े दादे परदादे जोड़े ही 1935 तो इस जमीन पर काबज ही, वो बेस के उत्ते मान लो सानू एक किला थले DDPO अदालत ने साढ़े हक च करता, असं उस बेस से हाई कोर्ट गए। हाई कोर्ट ने सानू मान लो डायरेक्शन भेज के तो DDC साहब भेजती भी ये जमीन जी फैसला वेख के सुनाया जाए। यह फैसला साढ़े हक च हो गया, ये फैसला 22 किले ही 22 किले पैली है, 6 परिवार ने ये 6-7 घर ने जिद कि किला कि चार गां इदा करके थोड़ी थोड़ी जमीन आती है। एक ही है भी ये पंचायत ने जोड़ा शिकायतकर्ता नाल मखण सिंह उन्हें साढ़े 12 किलों केस किया जिद चाचे के मुड़े आ, उन्होंने उन्हें केस नहीं किया, तो आप खुद उन्हें 5 किले जमीन जी सरकार की दबी हुई है ड्रेन की, ना तो आप जमीन छड़ रहा तो ना अपने चाचे के मुड़े केस कर रहा। अं ये कहने भी आप ही छड़े तो अपने चाचे के मुंडे केस करके उन्होंने थाले जमीन कराई तो आप सवेरे छड़ दें। जी गल कहते 22 किले जमीन है, हाँ जी नजायज़ कब्जा होया? नहीं जी, वो नजायज़ कोई कब्जा नहीं, उन्होंने कोर्ट वालों सानू यदा हक मिले हुआ था साढ़े वालों, ये मतलब साढ़े हक च हुई है, साढ़े ना इंतकाल वगैरह हो सब कुछ होया पाया वा जमाबंदी वे। तुम कह रहे हो कि पूरी 22 किले जी जमीन छुटाई जाए? हाँ जी, जो मान लो केस एक ही है तो एक मान लो एक बराबर ही सारा मानना चाहिए। ये गल प्रशासन बिल्कुल गलत वा, BDO साहब जरा इन्होंने रलिया हुआ वा, BDO साहब ने साढ़े पिंड 2 साल 22-23 इस मुद्दे इन्होंने बहुत ज़्यादा ये धक्का किया वा। इन्हें BDO इस करके लगता भी BDO ने साढ़े पिंड घट्टो घट भी 10-15 लाख रुपया जरा खा चुका वा। ये अज जो प्रशासन दखल लैन वास्ते आया सीगा, हाँ जी वो करके अं क्या भी तुम उन्होंने छुड़ा दो, आप जमीन छड़न तैयार हाँ, सानू कोई ये है नहीं जी। हाँ जी, उन्होंने आप रोकया गया, आप भी उन्होंने भी मान लो भी नाल आप मखण सिंह के चाचियों की जमीन छुड़ा दो, आप सवेरे छड़न तैयार हाँ, अं उस वे छड़ देंगे, अं पहला छड़ा। मखण सिंह ये सरपंच के नाल रिश्तेदार आ, तो वो जे चाचे के मुंडिया थले जमीन आ वो नहीं कटवा रहे, उसने शिकायत करता भी मखण सिंह ही आ। भीमनगर इलाके विच बीते कई दिनों तो चोरी दिया घटनावां सुनन नूं मिलदियां सन, जिस दे मद्देनज़र पुलिस विच सरदर्दी बनी हुई सी ते लोकां विच भी काफ़ी तनाव पाया जा रहा सीगा इन्हां घटनावां नूं लैके। चोर अद्धी रात नूं लोकां दे घरां विच बढ़ के
कीमती गहने मोबाइल फोन और कैश चोरी कर लेंदे सन, जिस दे मद्देनजर लोगों ने रल के ठिकरी पैरा लाना शुरू किया। चोरों नू बीते दिन रंगे हत्थी फड़िया, पहला उन्हां दा जम के कुटापा चाड़िया ते फिर किया पुलिस दे हवाले। पंजाब दीआं होर खबरां वेखण नू लगातार जुड़े रहो जीबीसी अपडेट नाल। धन्नवाद।